ਸਕਸੈਸ ਸਟੋਰੀ ਸੈਗਮੈਂਟ ਦੇ ਵਿੱਚ ਅੱਜ ਸਾਡੇ ਨਾਲ ਡਾਕਟਰ ਰਾਜਨ ਗੁਪਤਾ ਨੇ ਔਰ ਇਹਨਾਂ ਨੇ ਇੱਕ ਟੈਕਨੋਕਰਟ ਕਪਲ ਦੋਨੋਂ ਜਿਨ੍ਹਾਂ ਨੇ ਰਿਸਰਚ ਕੀਤੀ ਪੀਜੀਆਈ ਚੰਡੀਗੜ੍ਹ ਉਸ ਤੋਂ ਬਾਅਦ ਕੈਨੇਡਾ ਆਏ ਕੈਨੇਡਾ ਦੀ ਧਰਤੀ ਤੇ ਆ ਕੇ ਨੈਨੋ ਨੈਨੋ ਸਪੀਡ ਡਾਇਗਨੋਸਟਿਕ ਇਨਕਾਰਪੋਰੇਟਿਡ ਕੰਪਨੀ ਬਣਾਈ ਜਿਹਦੇ ਤਹਿਤ ਇਹਨਾਂ ਨੇ ਡਾਇਗਨੋਸਟਿਕ ਕਿਟਸ ਜਿਹੜੀਆਂ ਉਹ ਆਜਾਦ ਕੀਤੀਆਂ ਔਰ ਬੜੀ ਪ੍ਰਾਊਡ ਵਾਲੀ ਗੱਲ ਹੈ ਸਾਡੀ ਕਮਿਊਨਿਟੀ ਲਈ ਕੀ ਦੋਨਾਂ ਹਸਬੰਡ ਵਾਈਫ ਨੇ ਇਹ ਜਿਹੜੀ ਕਿ ਟੈਨੀ ਕਾਮਯਾਬ ਕੀਤੀ ਹੈ वर्ल्ड ਮੈਪ ਤੇ ਆ ਚੁੱਕੇ ਨੇ ਔਰ 1 ਮਿਲੀਅਨ 1 ਮਿਲੀਅਨ ਦਾ ਮਤਲਬ 10 ਲੱਖ ਕਿਟਸ ਜੇ ਬੇਚੂਕੀਆਂ ਔਰ ਮੇਨਸਟ੍ਰੀਮ ਮੀਡੀਆ ਵੀ ਇਹਨਾਂ ਨੂੰ ਰਿਕਗਨਾਈਜ਼ ਕਰਦਾ ਸਾਡੇ ਭਾਈਚਾਰੇ ਲਈ ਬੜੀ ਮਾਣ ਦੀ ਗੱਲ ਹੈ ਕਿ ਡਾਕਟਰ ਰਾਜਨ ਗੁਪਤਾ ਨੇ ਇੱਕ ਨਾਂ ਬਣਾਇਆ ਹੈ ਇੱਕ ਕਮਿਊਨਿਟੀ ਦਾ ਨਾਂ ਉੱਚਾ ਕੀਤਾ ਹੈ ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਥੈਂਕ ਯੂ ਡਾਕਟਰ ਸਾਹਿਬ ਜਿਹੜਾ ਮੈਂ ਦੇਖਿਆ ਤੁਹਾਡਾ ਬਾਇਓ ਡਾਟਾ ਵੀ ਦੇਖਿਆ ਤੁਸੀਂ ਇੰਨੇ ਸਾਲਾਂ 30 ਸਾਲ ਤੋਂ ਰਿਸਰਚ ਕਰ ਰਹੇ ਹੋ ਔਰ ਇਹਦੇ ਪਿਛੇ ਕੀ ਡਰਾਈਵਿੰਗ ਫੋਰਸ ਸੀ ਜਿਹੜਾ ਤੁਸੀਂ ਮੈਂ ਇਹ ਲਗਾਤਾਰ ਕਰਦੇ ਰਹੇ ਆਈ ਥਿੰਕ ਪੀ ਐਚ ਡੀ ਜਿਆਦਾ ਸੀ ਪੀ ਜੀ ਆਈ ਤੋਂ ਕੀਤੇ ਉੱਥੋਂ ਸਾਨੂੰ ਇੰਨਾ ਉਹ ਹੁਲਾਰਾ ਮਿਲਿਆ ਕਿ ਵੀ ਅਸੀਂ ਐਸੇ ਕੰਮ ਕਰੀਏ ਜਿਹੜੇ ਜਿਹਦੀ ਕਿ ਆਮ ਪਬਲਿਕ ਜਿਹੜੀ ਹੈ ਉਹ ਯੂਜ਼ ਕਰ ਸਕੇ ਤੇ ਉਹਦੇ ਤਹਿਤ ਹੀ ਅਸੀਂ ਇਸ ਲੈਵਲ ਤੱਕ ਪਹੁੰਚੇ ਆ ਕਿ ਵੀ ਅਸੀਂ ਪੁਆਇੰਟ ਆਫ ਕੇਅਰ ਡਾਇਗਨੋਸਟਿਕ ਕਿਟਸ ਜਿਹੜੀਆਂ ਉਹ ਆਪਣੇ ਆਪ ਡਿਵੈਲਪ ਕਰਨੀਆਂ ਸ਼ੁਰੂ ਕੀਤੀਆਂ ਉਹਨਾਂ ਨੂੰ ਪੈਟੈਂਟ ਕੀਤਾ ਤੇ ਉਹਨੂੰ ਮਾਰਕੀਟ 'ਚ ਲੈ ਕੇ ਆਏ ਔਰ ਡਾਕਟਰ ਸਾਹਿਬ ਦੇ ਲਈ ਤੁਹਾਨੂੰ ਕੋਈ ਜਿਹੜਾ ਫਾਈਨਾਂਸਿਸ ਹੈਗੀ ਉਹਦੀ ਪ੍ਰੋਬਲਮ ਆਈ ਹੋਗੀ ਉਹ ਕਿਦਾਂ ਮੁਹਈਆ ਹੋਏ ਤੁਹਾਨੂੰ ਸੀ ਫਾਈਨਾਂਸਿੰਗ ਦੀ ਤਾਂ ਕੋਈ ਵੀ ਬਾਇਓਟੈਕ ਕੰਪਨੀ ਜਿਹੜਾ ਵੀ ਸਟਾਰਟ ਕਰਦਾ ਉਹਨੂੰ ਆਉਂਦੀ ਹੈ ਅਸੀਂ ਵੀ ਸ਼ੁਰੂ ਚ ਆਪਣਾ ਪਹਿਲਾਂ ਘਰ ਮਾਰਗੇਜ ਕਰਕੇ ਤੇ ਸਟਾਰਟ ਕੀਤਾ ਤੇ ਹੌਲੀ-ਹੌਲੀ ਵਧਦੇ ਗਏ ਤੇ ਫਿਰ ਇਨਵੈਸਟਰਸ ਦੇ ਨਾਲ ਸਾਡਾ ਵਾਪਿਆ ਤੇ ਉਸੇ ਤਰ੍ਹਾਂ ਉਹ ਫਾਈਨੈਂਸ਼ੀਅਲ ਜਿਹੜੀ ਗ੍ਰਾਂਟਸ ਹੈਗੀਆਂ ਉਹ ਸਾਨੂੰ ਪ੍ਰੋਵਿੰਸ਼ੀਅਲ ਤੇ ਫੈਡਰਲ ਗਵਰਨਮੈਂਟ ਤੋਂ ਈਵਨ ਐਟ ਦ ਸਿਟੀ ਲੈਵਲ ਤੋਂ ਸਾਨੂੰ ਮਿਲਿਆ ਤੇ ਦੈਟ ਹੈਲਪਡ 올 ਦ ਸਾਡੇ ਕਈ ਜਿਹੜੇ ਵਿਊਅਰਸ ਹੈ ਜੀ ਉਹ ਥੋੜਾ ਡਾਇਗਨੋਸਟਿਕ ਕਿਟਸ ਬਾਰੇ ਜਾਨੂ ਨਹੀਂ ਹੈ ਤੁਸੀਂ ਬਰੀਫਲੀ ਦੱਸੋ ਤੁਹਾਡੇ ਪ੍ਰੋਡਕਟ ਕੀ ਹੈ ਔਰ ਕਿਵੇਂ ਲਾਹੇਵੰਦ ਹੈ ਆਮ ਬੰਦਿਆਂ ਲਈ ਜਿਹੜੀ ਡਾਇਗਨੋਸਟਿਕ ਕਿਟਸ ਹੈ ਜੀ ਇਹ ਹੁਣ ਜਿਹੜੇ ਅਸੀਂ ਇਹਦੇ ਤੇ ਕੀਤਾ ਸੀ ਬਲੱਡ ਦੇ ਵਿੱਚ ਡਾਇਗਨੋਸਟਿਕ ਕਿਟਸ ਹੈ ਡਵੈਲਪ ਕਰ ਰਹੇ ਹਾਂ ਤੇ ਹੋਰ ਵੀ ਕਰ ਰਹੇ ਹਾਂ ਤੇ ਇਹ ਬਲੱਡ ਟੈਸਟ ਜਿਹੜਾ ਸਾਡੇ ਮੇਨ ਜਿਹੜੀ ਐਡਵਾਂਟੇਜ ਹੈ ਉਹ ਹੈ ਕਿ ਅਸੀਂ ਇੱਕ ਡ੍ਰੌਪ ਆਫ ਬਲੱਡ ਤੋਂ ਜਿਹੜੇ ਟੈਸਟ ਆ ਉਹ ਬਣਾਏ ਨੇ ਤਾਂਕਿ ਬੰਦੇ ਨੂੰ ਮਤਲਬ ਜਿਵੇਂ ਆਪਾਂ ਕਹਿੰਦੇ ਆ ਕਿ ਸੂਈ ਨਾਲ ਲੱਗੇ ਬਾਹਾਂ ਦੇ ਵਿੱਚ ਤੇ ਸਿਰਫ ਇੱਕ ਫਿੰਗਰ ਪ੍ਰਿਕ ਦੇ ਨਾਲ ਜਾਂ ਫਿੰਗਰ ਸਟਿਕ ਦੇ ਨਾਲ ਤੁਸੀਂ ਇੱਕ ਬਲੱਡ ਡ੍ਰੌਪ ਲੈਣਾ ਤੇ ਉਹਨੂੰ ਆਪਣੇ ਕੈਸਿਟ ਤੇ ਰੱਖਣਾ ਸਾਡੀ ਜਿਹੜੀ ਅਸੀਂ ਬਣਾਈ ਹੈ ਤੇ 10 ਮਿੰਟ ਦੇ ਵਿੱਚ ਤੁਹਾਨੂੰ ਰਿਜ਼ਲਟ ਜਿਹੜਾ ਉਹ ਮਿਲ ਜਾਂਦੇ ਨੇ ਔਰ ਡਾਕਟਰ ਸਾਹਿਬ ਇਹਦੇ ਤੁਸੀਂ ਪੇਟੈਂਟਸ ਵੀ ਕਰਾਈ ਜੀ हां ਸਾਡੇ ਕੋਲ ਪੈਟੈਂਟਸ ਹੈਗੇ ਜੀ ਮਤਲਬ ਯੂਐਸ ਇੰਡੀਆ ਕੈਨੇਡਾ ਐਂਡ ਯੂਰਪ ਇਹ ਸਾਡੇ ਪੈਟੈਂਟ ਜਿਹੜੇ ਹੈਗੇ ਆ ਦੇ ਹੈਵ ਬੀਨ ਫਾਈਲਡ ਤੇ ਕੁਝ ਸਾਨੂੰ ਮਿਲ ਵੀ ਗਏ ਨੇ ਤੇ ਬਾਕੀ ਹੋਰ ਵੀ ਅਸੀਂ ਫਾਈਲ ਕਰ ਰਹੇ ਹਾਂ ਔਰ ਸਾਡੀਆਂ ਜਿਹੜੀ ਡਾਇਗਨੋਸਟਿਕ ਕਿਟਸ ਹੈ ਕਿਹੜੀ ਕਿਹੜੀ ਕੰਟਰੀਜ਼ ਬਿਕ ਰਹੀਆਂ ਸਾਡੀਆਂ ਡਾਇਗਨੋਸਟਿਕ ਕਿਟਸ 올 ਅਰਾਊਂਡ ਦ ਵਰਲਡ ਐਕਸੈਪਟ ਨਾਰਥ ਅਮਰੀਕਾ ਯੂਐਸਏ ਕੈਨੇਡਾ ਦੇ ਵਿੱਚ ਹਲੇ ਅਸੀਂ ਇਹਨੂੰ ਲਾਂਚ ਨਹੀਂ ਕੀਤੀਆਂ ਵੀ ਆਰ ਵਰਕਿੰਗ ਔਨ ਇਟ ਤੇ ਹੋਪਫੁਲੀ ਓਵਰ ਦ ਨੈਕਸਟ 1 ਟੂ 2 ਇਅਰਸ ਵੀ ਸ਼ੁੱਡ ਬੀ ਐਬਲ ਟੂ ਪੁੱਟ ਦੋਸ ਥਿੰਗ ਔ ਕਿ ਤੁਸੀਂ ਆਪਣੀ ਹੋਮ ਕੰਟਰੀ ਜਿਹੜੀ ਇੰਡੀਆ ਚ ਉਹਦੇ ਚ ਵੀ ਵੇਚ ਰਹੇ ਹੋ ਸਾਨੂੰ ਸਭ ਤੋਂ ਪਹਿਲੀ ਜਿਹੜੀ ਬ੍ਰੇਕਥਰੂ ਮਿਲੇ ਸੀ ਉਹ ਇੰਡੀਆ ਤੋਂ ਹੀ ਮਿਲੀ ਸੀ ਇੱਕ ਪੈਰਾਮੈਲ ਹੈਲਥ케ਅਰ ਕਰਕੇ ਕੰਪਨੀ ਆਈਟ ਸ ਇਟਸ ਬਿਲੀਅਨ ਡਾਲਰ ਪਲਸ ਕੰਪਨੀ ਐਂਡ ਦੇ ਵਾਜ਼ ਦ ਫਰਸਟ ਵਨ ਟੂ ਫਾਈਂਡ ਦ ਯੂਜ਼ ਆਫ ਥੀਸ ਕਿਟਸ ਇਨ ਇੰਡੀਅਨ ਮਾਰਕੀਟ ਐਂਡ ਥੈਟ ਵਾਜ਼ ਅ ਫਰਸਟ ਬ੍ਰੇਕਥਰੂ 30 ਸਾਲਾਂ ਚ ਡਾਕਟਰ ਸਾਹਿਬ ਤੁਸੀਂ ਇੰਨੀ ਕਾਲ ਨਾ ਕਾਲੀ ਰਿਸਰਚ ਜਿਹੜੀ ਆ ਬੰਦੇ ਨੱਠ ਜਾਂਦੇ ਆ ਔਰ ਐਨੀ ਰਿਗਰਸ ਕੀਤੀ ਕੀ ਤੁਸੀਂ ਜਿਹੜਾ ਅੱਜ ਤੁਹਾਨੂੰ ਰਿਵਾਰਡ ਮਿਲਿਆ ਚਾਹੇ ਉਹ ਫਾਈਨੈਂਸ਼ੀਅਲੀ ਹੈ ਚਾਹੇ ਟੈਕਨੀਕਲੀ ਹੈ ਆਰ ਯੂ ਸੈਟੀਸਫਾਈਡ ਨਾਊ ਵੀ ਆਰ ਵੀ ਆਰ ਫੁਲੀ ਸੈਟੀਸਫਾਈਡ ਅਸੀਂ ਮੈਨੂੰ ਲੱਗਦਾ ਕਿ ਇਸ ਤੋਂ ਇਲਾਵਾ ਹੋਰ ਕੋਈ ਕੰਮ ਕਰ ਹੀ ਨਹੀਂ ਸਕਦੇ ਤੇ ਰਿਸਰਚ ਇਜ਼ ਆਲਮੋਸਟ ਇਨ आवर ब्लड ਨਾਊ ਡੇਸ ਐਂਡ ਥਿਸ ਇਜ਼ ਵਾਟ ਵੀ ਇੰਜੋਏ ਐਂਡ ਵੀ ਆਲਵੇਸ ਲਵ ਟੂ ਵਰਕ ਵਿਦ ਅਦਰ ਪ੍ਰੋਡਕਟਸ ਆਲਸੋ ਕਹਿੰਦੇ ਅੰਗਰੇਜ਼ੀ ਚ ਕਹਿੰਦੇ ਜੀ ਬਿਹਾਈਂਡ ਏਵਰੀ ਸਕਸੈਸਫੁਲ ਮੈਨ ਇਜ਼ ਅ ewomen ਔਰ ਮਿਸਿਸ ਸੀਮਾ ਗੁਪਤਾ ਨੇ ਤੁਹਾਡਾ ਬਹੁਤ ਸਾਥ ਦਿੱਤਾ ਹੈ ਔਰ ਤੁਸੀਂ ਦੋਨੋਂ ਹੀ ਟੈਕਨੋਕਰੈਂਟ ਹੋ ਦੋਨੋਂ ਇਕੱਠੇ ਕੰਮ ਕਰਦੇ ਹੋ ਉਹ ਉਹਨਾਂ ਦਾ ਯੋਗਦਾਨ ਬਾਰੇ ਕੀ ਕਹਿਣਾ ਚਾਹੋਗੇ ਆਈ ਥਿੰਕ ਯੂ ਆਰ ਫੁਲੀ ਰਾਈਟ ਕਿ ਬਿਹਾਈਂਡ ਏਵਰੀ ਸਕਸੈਸਫੁਲ ਮੈਨ ਮੈਂ ਅਥਾ ਇਹ ਕਾਂਗਾ ਕਿ ਵੀ ਸੀਮਾ ਦੇ ਕਾਰਨ ਹੀ ਅਸੀਂ ਇਹ ਟੈਕਨੀਕਲ ਜਿਹੜੇ ਚੈਲੰਜਸ ਸੀ ਉਹਨੂੰ ਉਹਨੂੰ ਦੂਰ ਕਰ ਸਕੇ ਜਾਂ ਉਹਨੂੰ ਪਾਰ ਕਰ ਸਕੇ ਤੇ ਅਸੀਂ ਇੱਕ ਉਸ ਤਰ੍ਹਾਂ ਤੇ ਲੈ ਕੇ ਆਏ ਕਿ ਜਿਹੜੀ ਹਲੇ ਸਾਡੀ ਕਿਟ ਐਜ਼ ਆਫ ਨਾਓ ਇਟਸ ਓਨਲੀ ਕਿਟ ਇਨ ਦ ਵਰਲਡ ਵਿਚ ਇਜ਼ ਪੁਆਇੰਟ ਆਫ ਕੇਅਰ ਡਾਇਗਨੋਸਟਿਕਸ ਫਾਰ ਵਿਟਾਮਿਨ ਡੀ ਔਰ ਦੇਖੋ ਤੁਸੀਂ ਇੰਨੀ ਕਾਮਯਾਬੀ ਆਈ ਹੈ ਕੈਨੇਡਾ ਦੀ ਧਰਤੀ ਤੇ ਤੁਹਾਨੂੰ ਕੀ ਤੁਸੀਂ ਸਾਡਾ ਜਿਹੜਾ ਭਾਈਚਾਰਾ ਹੈਗਾ ਜਾਂ ਸਾਡੇ ਆਉਣ ਵਾਲੀ ਜਿਹੜੇ ਅਪਕਮਿੰਗ ਟੈਕਨੋਕਰੇਟਸ ਆਗੇ ਉਹਨਾਂ ਦੀ ਕੋਈ ਮਦਦ ਕਰ ਸਕਦੇ ਅਸੀਂ ਜ਼ਰੂਰ ਕਰਦੇ ਹਾਂ ਜੀ ਅਸੀਂ ਜਿਹੜੇ ਵੀ ਸਾਨੂੰ ਮਾਸਟਰਸ ਜਾਂ ਪੀਐਚਡੀ ਕੈਂਡੀਡੇਟਸ ਆਉਂਦੇ ਨੇ ਉੱਥੇ ਇੰਡੀਆ ਤੋਂ ਵੀ ਡੈਫੀਨਿਟਲੀ ਲੁੱਕ ਐਟ देयर ਰੈਜ਼ੂਮੇ ਐਂਡ ਵੀ ਹੈਵ ਆਲਰੇਡੀ ਪ੍ਰੋਵਾਈਡਡ ਯੂਸਫੁਲ ਐਮਪਲੋਇਮੈਂਟ ਟੂ ਅ ਨੰਬਰ ਆਫ ਸਾਇੰਟਿਸਟਸ ਫਰੋਮ ਇੰਡੀਆ ਐਸ ਵੈਲ ਐਸ ਅਰਾਊਂਡ ਦ ਵਰਲਡ ਔਰ ਤੁਸੀਂ ਮੈਨੂੰ ਸਹਿਮਤ ਹੋਗੇ ਸਾਡਾ ਭਾਈਚਾਰਾ ਜਿਹੜਾ ਜੀ ਕਈ ਵਾਰ ਆ ਕੇ ਚਾਹੁੰਦਾ ਕਿ ਮੈਂ ਫਟਾਫਟ ਪਲਾਂਗ ਮਾਰ ਲਾਂ ਕੈਨੇਡਾ ਆ ਕੇ ਔਰ ਸ਼ਾਰਟ ਸਰਕਟ ਜਿਹੜਾ ਸ਼ਾਰਟ ਰੂਟ ਲੱਭਦਾ ਸਕਸੈਸ ਲਈ ਉਹਨਾਂ ਲਈ ਤੁਹਾਡਾ ਕੀ ਮੈਸੇਜ ਹੈ ਆਈ ਥਿੰਕ देयर इज नो ਸ਼ਾਰਟਕਟ ਸਪੈਸ਼ਲੀ ਇਨ ਦਾ ਰਿਸਰਚ এনवायरमेंट ਯੂ हैव टू टेक ਬੇਬੀ ਸਟੈਪਸ ਟੂ ਕਮ ਟੂ ਅ ਪੁਆਇੰਟ ਵੇਅਰ 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 ਯੂ ਕੈਨ ਅਚੀਵ ਸਕਸੈਸ देयर इज नो ਵੇ that ਸ਼ਾਰਟਕਟ ਕੈਨ ਅਚੀਵ ਯੂ ਐਨੀਥਿੰਗ ਤੁਸੀਂ ਚਾਹੋਗੇ ਕਿ ਆਨ ਆਲੇ ਸਮੇਂ ਤੁਹਾਡੇ ਬੱਚੇ ਵੀ ਜਿਹੜੇ ਔਰ ਸਰਚ ਦੇ ਵਿੱਚ ਹੀ ਆਣ ਅ ਨਹੀਂ ਅਸੀਂ ਇਹਦੇ ਤੇ ਉਹਨਾਂ ਨੂੰ ਕਦੇ ਵੀ ਐਨਕਰੇਜ ਨਹੀਂ ਕੀਤਾ ਅਸੀਂ ਉਹਨਾਂ ਨੂੰ ਹਮੇਸ਼ਾ ਐਨਕਰੇਜ ਕੀਤਾ ਵੀ ਤੁਸੀਂ ਆਪਣਾ ਕੈਰੀਅਰ ਜਿਹੜਾ ਹੈ ਆਪਣੀ ਕਾਬਲੀਅਤ ਦੇ ਹਿਸਾਬ ਨਾਲ ਜਾਂ ਆਪਣੀ ਲਾਈਕਿੰਗ ਦੇ ਹਿਸਾਬ ਨਾਲ ਕਰਨਾ ਹੈ ਦੇ ਡੋਨਟ ਹੈਵ ਟੂ ਬੀ ਇਨ ਅਰ ਬਿਜ਼ਨਸ ਇਫ ਦੇ ਡੋਨਟ ਵਾਂਟ ਦੇਖੋ ਤੁਸੀਂ ਦੋਏ ਟੈਕਨੋਕ੍ਰਾਟ ਕਪਲ ਨੇ ਇੰਨੀ ਮਿਹਨਤ ਕੀਤੀ 30 ਸਾਲਾਂ ਤੋਂ ਜਿਵੇਂ ਤੁਸੀਂ ਮੈਨੂੰ ਦੱਸਿਆ ਤੇ ਇਹ ਜਿਹੜੀ ਰਿਸਰਚ ਹੈ ਇਹਦਾ ਕੋਈ ਸਕੈਸ਼ਨ ਪਲਾਨ ਵੀ ਹੈ ਤੁਹਾਡਾ ਕਿ ਕੌਣ ਸਕੈਸਸਰ ਬਣੂਗਾ ਆ ਅਸੀਂ ਸ सक्सेशन ਪਲਾਨ ਐਸ ਸੱਚ ਹਲੇ ਨਹੀਂ ਹੋ ਉਹ ਕੀਤਾ ਬਿਕਾਜ਼ ਵੀ ਸਟਿਲ ਵਾਂਟ ਟੂ ਕੰਟੀਨਿਊ ਫਾਰ ਸਮ ਮੋਰ ਟਾਈਮ ਬਟ ਯੂ ਆ ਰਾਈਟ ਵੀ ਨੀਡ ਟੂ ਹੈਵ ਅ सक्सेशन ਪਲਾਨ ਐਂਡ ਸਾਡੇ ਜਿਹੜੇ ਸ਼ੇਅਰਹੋਲਡਰਸ ਨੇ ਜਾਂ ਜਿਹੜੇ ਸਾਡੇ ਐਟਾਰਨੀਜ਼ ਨੇ ਵੀ ਹੈਵ ਬੀਨ ਟਾਕਿੰਗ ਟੂ ਥੈਮ ਤੇ ਹੋ ਸਕਦਾ ਅਗਲੇ 4-5 ਸਾਲ ਚ ਅਸੀਂ ਉਹ सक्सेशन ਪਲਾਨ ਨੂੰ ਕੁਝ ਮਤਲਬ ਪੂਰਾ ਕਰ ਸਕੀਏ ਜਿਵੇਂ ਤੁਸੀਂ ਮੈਨੂੰ ਦੱਸਿਆ ਜੀ ਕਿ ਬੜੀ ਰਿਗਰਸ ਰਿਸਰਚ ਕੀਤੀ ਹੈ ਤਾਂ ਮਤਲਬ ਤੁਸੀਂ ਵਰਕ ਹੋਲੇਕ ਹੋ ਕਿ ਤੁਹਾਡੇ ਕੋਲ ਕਦੀ ਇਹ ਵੀ ਟਾਈਮ ਸੀਗਾ ਕਿ ਮੈਂ ਪਰਿਵਾਰ ਨੂੰ ਦਵਾ ਜਾਂ ਕੋਈ ਵਕੇਸ਼ਨਿੰਗ ਕਰਾਂ ਆ ਦੇਖੋ ਚਾਹੇ ਉਹ ਸਾਡਾ ਅਸੀਂ ਟੈਕਨੀਕ ਕਰੀਟ ਹੋਈ ਹੈ ਜਾਂ ਕੋਈ ਵੀ ਬਿਜ਼ਨਸ ਜਦ ਤੁਸੀਂ ਸ਼ੁਰੂ ਕਰਦੇ ਹੋ ਤਾਂ ਇਟ ਰਿਕਵਾਇਰਸ ਆਲਮੋਸਟ 7 ਡੇਜ਼ ਅ ਵੀਕ 12 12 ਆਵਰਸ ਅ ਡੇ ਟਾਈਪ ਆਫ ਥਿੰਗ ਤੇ ਅਸੀਂ ਵੀ ਉਹੀ ਕੀਤਾ ਸ਼ੁਰੂ ਚ ਤੇ ਹੁਣ ਆਈ ਸਾਈਸ ਵੀ ਆਰ ਸਲੋਇੰਗ ਡਾਊਨ ਅ ਲਿਟਲ ਬਿਟ ਐਂਡ ਐਂਡ ਬਟ ਯਸ ਵਰਕਿੰਗ ਹਾਰਡ ਇਜ਼ ਇਜ਼ ਦ ਓਨਲੀ ਵੇ ਦੈਟ ਯੂ ਹੈਵ ਟੂ ਅਚੀਵ ਸਕਸੈਸ ਡਾਕਟਰ ਸਾਹਿਬ ਸਾਡੇ ਜਿਹੜੇ ਹਾਰਮਨੀ ਟੀਵੀ ਦੇ ਵਿਊਅਰਸ ਹੈ ਉਹ ਤਕਰੀਬਨ 8 ਲੱਖ ਹੈ ਪੂਰੇ ਕੈਨੇਡਾ ਚ ਹੈ ਔਰ ਉਹ ਤੁਹਾਨੂੰ ਦੇਖ ਰਹੇ ਆ ਉਹਨਾਂ ਨੂੰ ਤੁਹਾਡਾ ਕੋਈ ਸਪੈਸ਼ਲ ਮੈਸੇਜ ਮੈਂ ਇਹ ਕਹਾਂਗਾ ਕਿ ਵੀ ਇੱਥੇ ਆਓ ਆਪਣਾ ਚਾਹੇ ਜਿਸ ਫੀਲਡ ਦੇ ਵਿੱਚ ਵੀ ਹੋ ਤੁਸੀਂ ਮਿਹਨਤ ਕਰੋ ਤੁਹਾਨੂੰ ਸਭ ਨੇ ਹੀ ਕਿਹਾ ਹੋਣਾ ਹਾਲੇ ਤੱਕ ਕਿ ਵੀ ਮਿਹਨਤ ਕਰਨ ਤੋਂ ਬਗੈਰ ਹੋਰ ਕੋਈ ਹੋਰ ਕੋਈ ਚਾਰਾ ਨਹੀਂ ਹੈ ਇੱਥੇ ਤੇ ਆਪਣਾ ਨਾਮ ਬਣਾਓ ਐਂਡ ਖੁਸ਼ ਰਹੋ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਹਾਰਮਨੀ ਟੀਵੀ And thank you, Yashi.